सत श्री अकाल बई सारयां नूं अपनी नवीं वीडियो विच स्वागत आ। अज पहुंचे सी बई आपां मुल्लापुर डाखां बकरियां दी मंडी ते, जिहड़ी कि हर शनिवार नूं लगदी आ। महीने च चार मंडियां लगदियां ने बई, वध तों वध वीर पहुंचिया करो। पहलां तां आपां इह कहिंदे आ इत्थे आपां लवे शिंगार ताया कड़ा, इहदियां बकरियां दिखाउंदे आ। ते इक इह बकरा लै के आया आपदे घर दा, ब्रीडर जिहड़ा बकरियां दे छड्दा हुंदा सी, उह अज मंडी च लै के आया। करदे आ गल्लबात। की हाल आ ताया? ठीक है जी, बहुत वधिया। ਪਹਿਲਾਂ ਪਿੰਡ ਦੱਸ, ਤੇਰਾ ਪਿੰਡ ਕਿਹੜਾ? ਬੁਰਜ ਰਾਜਗੜ੍ਹ ਆ ਜੀ। ਬੁਰਜ ਰਾਜਗੜ੍ਹ, ਉਹ ਕਿੰਨਾ ਕੁ ਟਾਈਮ ਹੋ ਗਿਆ ਬੱਕਰੀਆਂ ਦਾ ਕੰਮ ਕਰਦੇ ਨੂੰ? ਸਾਨੂੰ ਇਹ ਹੋਊਗੀ ਤੀਜੀ ਪੀੜ੍ਹੀ। ਤੀਜੀ ਪੀੜ੍ਹੀ ਹੋ ਗਈ, ਠੀਕ ਆ। ਲੈ ਜਾ ਪਹਿਲਾਂ ਬੱਕਰਾ ਦਿਖਾਉਂਦੇ, ਨਾਲੇ ਗੱਲਾਂ ਬਾਤਾਂ ਕਰਦੇ ਹਾਂ। ਠੀਕ ਹੈ ਜੀ। ਇਹ ਕਿੰਨੇ ਟਾਈਮ ਦਾ ਬੱਕਰਾ? ਇਹ ਹੋਊਗਾ ਜੀ ਢਾਈ ਤਿੰਨ ਕੁ ਸਾਲਾਂ ਦੇ ਅੜੇ ਛੜੇ। ਅੱਛਾ, ਢਾਈ ਤਿੰਨ ਸਾਲਾਂ ਦਾ ਹੈ। ਹਾਂ, ਤਿੰਨ ਕੁ ਸਾਲਾਂ ਦਾ ਹੋ ਗਿਆ ਉਹ। ਠੀਕ ਆ। ਕਿੰਨੀਆਂ ਝੋਲੀਆਂ ਲੈ ਲਈਆਂ ਇਹਤੋਂ? ਬਸ ਇਹ ਤਾਂ ਝੋਲੀਆਂ ਲੈ ਲਈਆਂ ਹੋਣਗੀਆਂ ਦੋ ਕੁ। ਦੋ ਕੁ? ਹਾਂ। ਖਾਈ ਜਾਂਦਾ ਹੈ ਨਾ? ਹਾਂ ਹਾਂ। ਕੱਦ ਕਿੰਨਾ ਹੋਊ ਇਹਦਾ? ਕੱਦ ਵੀ ਆਪਾਂ ਮਿਣਿਆ ਨਹੀਂ, ਮੈਂ ਤੈਨੂੰ ਕਹਦਾ ਆਪਾਂ ਮਿਣਿਆ ਨਹੀਂ, ਆਪਾਂ ਨਹੀਂ ਕੱਦ ਕਿਤੇ ਮਿਣਿਆ ਇਹਦਾ। ਠੀਕ ਆ। ਹੋ ਬਾਈ, ਮੱਖਣ ਕਿੰਨਾ ਹੋਊ ਕੱਦ ਤੂੰ ਦੱਸ? 44 ਠੀਕ ਆ, ਆਪਾਂ ਮਿਣਿਆ ਨਹੀਂ, ਮੈਂ ਤੈਨੂੰ ਕਹਿੰਦਾ ਵੀ ਕਿਤੇ ਇਹਨੂੰ ਕਰੀ ਤਾਇਆ ਤੋਰੀ ਮਾੜਾ ਜਾ। ਆ ਜਾਓ ਜੀ। ਇਹਦੀ ਮਾਂ ਦਾ ਕੀ ਰਿਕਾਰਡ ਆ, ਕਿੰਨਾ ਦੁੱਧ ਦੁੱਧ ਸੀਗਾ? ਦੁੱਧ ਤਾਂ ਬਾਈ ਹੁਣ 6 ਵਾਰ ਦਾ ਦੁੱਧ ਤਾਂ ਫਿਰ ਪੁੱਛ ਹੀ ਨਾ ਕਰੋ। ਆਪਣੇ 6 ਕਿਲੋ ਤੋਂ ਉੱਤੇ ਕੱਢਿਆ ਆਪਣੀ ਬੱਕਰੀ ਨੇ। ਬੱਕਰੀਆਂ ਹੈਗੀਆਂ 30-35 ਵਾਲੀਆਂ ਬਸ। ਉਹ ਵੀ ਬੱਕਰੀਆਂ ਦਿਖਾਉਂਦੇ ਆ ਇਹਨੂੰ, ਬੋਰ ਕੰਨੀ ਬੱਕਰੀ ਦਿਖਾਉਂਦੇ ਆ। ਲਓ ਜੀ ਦੇਖੋ, ਇਹ ਵੀ ਘਰ ਦੀਆਂ ਤਾਂ ਆਪਣੇ? ਹਾਂ ਹਾਂ, ਘਰ ਦੀਆਂ ਹੀ ਆ ਜੀ। ਅੱਛਾ, ਹਾਂ। ਇਹ ਕਿੰਨੇ ਸੂਏ ਆ? ਇਹ ਹੋ ਤੀਜੇ ਸੂਏ ਸੂਗੀ ਹੋ। ਕਿੰਨਾ ਮੁੱਲ? ਮੁੱਲ ਇਹਦਾ 32,000 ਰੁਪਏ ਕਰ। 32,000? ਹਾਂ ਠੀਕ ਆ। ਇਹਨਾਂ ਦੁੱਧ ਹੀ ਪੀਣੇ? ਘੱਟ ਵੱਧ ਹੋ ਜੂ? ਘੱਟ ਮੌਕੇ ਤੇ ਹੋ ਜੂ, ਹੁਣ ਕਿਹੜਾ ਆਪਣੀ ਉਹ ਹੁੰਦੀ ਆ। ਹਾਂ, ਕਿੰਨੇ ਟਾਈਮ ਦੀ ਕੱਢਣਾ ਹੁਣ ਇਹ? ਇਹ ਤਾਂ ਬਾਈ ਮੇਰੇ ਸਾਹਮਣੇ ਲਊਗੀ ਬੱਕਰੀ 20 ਦਿਨ ਲਊ। ਲਾਗੀ ਲਾਉਣ? ਹਾਂ ਲਾਗੀ ਆ, ਛੱਡਾ ਛੱਡਾ ਲਾਗਾ ਲਾਗਾ। ਦੁੱਧ ਤਾਂ ਬਾਈ ਯਾਰ ਸੱਸੀ ਬਾਤ ਆ, ਮੈਂ ਹੁਣ ਕਹਿੰਦਾ ਮੈਂ ਕਹਿੰਦਾ ਜਾ ਕੇ ਕੱਖ ਨਾ ਪਾਵੇ, ਉਹ ਦੁੱਧ ਵਾਲੀ ਤਾਂ ਆਪਦੇ ਟਮੈਂਟ ਹੋ ਜਾਂਦੀ ਆ। 3 ਕਿਲੋ ਨੂੰ ਮੂੰਹ ਮਾਰੂ ਬਾਈ ਡੰਗ ਦਾ, ਜੇ ਸੇਵਾ ਕਰੇਗਾ ਤਾਂ। ਜੇ ਬਾਈ ਜੇ ਆਪਾਂ ਉਹਨੇ ਸਾਹਮਣੇ ਨਹੀਂ ਤਾਂ ਕੋਈ ਗੱਲ। ਆਹ ਦੇਖੋ ਕਾਲੀ ਬੱਕਰੀ, ਹੁਣ ਆਹ ਬੱਕਰੀ ਦਿਖਾਉਂਦੇ ਆ ਬਾਈ, ਕਾਲੇ ਰੰਗ ਦੀ ਬੱਕਰੀ, ਹਾਈਟ ਹੋਣ 40 ਚ ਹੋਣਾ। ਹਾਂ ਹੋਊਗੀ, ਹੋਊ ਮਿਣੀ ਤਾਂ ਹੈ ਨਹੀਂ, ਆਪਾਂ ਮੈਂ ਫੀਤਾ ਲਾਇਆ ਤਾਂ ਹੈ ਨਹੀਂ। ਇਹ ਕਿੰਨੇ ਟਾਈਮ ਦੀ ਕੱਢਣਾ? ਇਹ ਹੋਊਗੀ 4 ਮਹੀਨੇ ਦੀ ਅਟੇ ਸਾਡੇ ਬਸ, 4 ਕੁ ਮਹੀਨੇ ਦੀ ਕੱਢ। ਅੱਛਾ, ਸਾਰੀਆਂ ਸੂਣ ਦੇ ਲਵੇ? ਸੂਣ ਦੇ ਲਵੇ ਹੀ ਆ, ਉਹ ਪੱਠ ਵੀ ਪਾਓ, ਦੂਜੇ ਸੂਏ ਸੂਣਾ ਉਹਨੇ ਪੱਠ ਨਹੀਂ ਇਹਨੇ। ਹਾਂ, ਇਹਨੇ ਦੂਜੇ ਸੂਏ, ਪਹਿਲਾ ਸੂਆ ਸੂਪੀ ਹੋਇਆ ਕਿਤੇ ਦੂਜੇ। ਇਹਦਾ ਕਿੰਨਾ ਮੁੱਲ ਮੰਗਿਆ? ਇਹਦਾ 35,000 ਰੁਪਇਆ। 35,000? ਹਾਂ। ਆ ਜਿਹੜੇ ਦੂਜੇ ਸੂਏ ਸੂਣਾ ਜਿਹਨੇ, ਇਹ ਮੰਗਦੇ 26,000 ਰੁਪਇਆ। 26,000 ਰੁਪਇਆ? ਹਾਂ, ਇਹ ਦੂਜੇ ਸੂ ਸੂ ਜੀ। ਠੀਕ ਹੈ। ਕਾਰ ਹੈਗੀ ਆਪਣੀ ਆਹ? ਹਾਂ, ਇਹ ਕਾ ਕਾਲੀ ਬੱਕਰੀ ਹੈ, ਇਹ ਵੀ ਸੂਣ ਦੇ ਲੱਗੀ ਆ। ਇਹ ਬਸ ਅੱਧੋ, ਇਹ ਟੱਪੀ ਹੋਊ ਅੱਧੋ, ਅੱਧੋ ਟੱਪੀ। ਹਾਂ, ਇਹ ਅੱਧੋ ਟੱਪੀ ਹੋਊ ਬੱਕਰੀ, ਅੱਧ ਕੱਬ ਜੇ ਹੋਊਗਾ ਤਾਂ ਬਸ ਅੱਧਾ ਕਦੇ ਪਰ। ਠੀਕ ਹੈ। ਇਹਦਾ ਕਿੰਨਾ ਮੁੱਲ ਕੀਤਾ? ਇਹਦਾ 26,000 ਰੁਪਇਆ। 26,000 ਬੱਕਰੇ ਦਾ ਕਿੰਨਾ ਕੀਤਾ ਸੀਗਾ? ਬੱਕਰੇ ਦਾ ਤਾਂ 1,00,000 ਰੁਪਇਆ ਮੰਗਦੇ ਹੁਣ ਤਾਂ। 1,00,000 ਮੰਗਦੇ ਹੋ? ਠੀਕ ਆ। ਇੱਕ ਆ ਛੋਟਾ ਜਿਹਾ ਖੜਾ ਗਾ, ਇਹ ਬੱਚਾ? ਹਾਂ ਹਾਂ, ਇਹਦਾ ਮੰਗਦਾ 6,000 ਰੁਪਇਆ। 6,000 ਹੈ? ਠੀਕ ਆ। ਉਹ ਮੰਡੀਆਂ ਤੇ ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਆਉਂਦੇ ਨੂੰ? ਮੁੰਡੀਆਂ ਤੇ ਤਾਂ ਹੋ ਗਏ ਹੁਣ, ਮੈਨੂੰ ਪਤਾ ਸਾਲ ਲੰਘੂ ਜਿਹੜੀ ਮੰਡੀ ਜਿੱਤੇ ਪਾ ਗਈ ਜਾਣੀ, ਜਦੋਂ ਬਾਅਦ ਜੋ ਅਸਲ ਲੱਗਣ ਲੱਗੇ ਮੰਡੀਆਂ ਤੇ ਤਾਂ ਜਾ ਹੀ ਵੜਦੇ ਆ ਤਕਰੀਬਨ। ਠੀਕ ਹੈ। ਜਾਣੀ ਪਸ਼ੂ ਨਹੀਂ ਲਿਆ ਕਹਿੰਦਾ, ਬੱਕਰਾ ਨਹੀਂ ਲਿਆ ਕਹਿੰਦਾ ਸੀ, ਇਹ ਹੁਣ ਲਿਆਂਦਾ? ਇਹ ਹੁਣ ਲਿਆਂਦਾ। ਹਾਂ, ਬੱਕਰੀਆਂ ਘਰ ਵਾਲਿਆਂ ਲੈ ਲੂਗੀ ਜਾਂਦੇ ਵਿੱਚ ਕਦੋਂ। ਠੀਕ ਹੈ। ਹੁਣ ਘਰੇ ਕਿੰਨੀਆਂ ਨੇ ਫਿਰ? ਹੋਣਗੀਆਂ 50 ਕੁ ਬੱਕਰੀਆਂ। 50 ਕੁ ਬੱਕਰੀਆਂ? ਹਾਂ, 50 ਕੁ ਪਸ਼ੂ। ਉਹਨਾਂ ਨੂੰ ਕੌਣ ਚਾਰਦਾ ਹੁਣ? ਹੈਗੇ ਆ ਬੰਦੇ ਰੱਖੇ? ਬੰਦੇ ਰੱਖੇ ਹੋਏ? ਹਾਂ ਠੀਕ ਆ। ਤੁਸੀਂ ਮੰਡੀ ਕੁਛ ਦਿਹਾੜੇ ਦੀ ਦਿੱਤੀਆਂ ਬੱਕਰੀਆਂ ਆਪਣੀਆਂ? ਅੱਛਾ, ਲਿਹਾਜ ਵਾਲੇ ਮੁੰਡੇ ਆ ਵਿਚਾਰੇ, ਉਹਨਾਂ ਨੂੰ ਦਿੱਤੀਆਂ, ਉਹ ਨਾਲੇ ਆਪਣੀਆਂ ਲੈ ਜਾਂਦੇ ਆ। ਠੀਕ ਆ ਤਾਇਆ। ਠੀਕ ਹੈ।